SHO ਤੇ ਸਾਰੀ ਫੋਰਸ ਨੂੰ ਲੇਕਰ ਅਸੀਂ SOG ਨੂੰ ਲੇਕਰ ਜਿਹੜਾ ਹੈ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਮੱਦੇਨਜ਼ਰ ਕੋਈ ਵੀ ਬੰਦਾ ਜੋ ਕਿ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਲੀਮੈਂਟ ਜੋ ਕਿੱਥੋਂ ਕੋਈ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਕੋਈ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ। ਅੱਜ ਦੀਨਾਨਗਰ ਦਾ ਜਿਹੜਾ ਸਬ ਡਿਵੀਜ਼ਨ ਹੈ ਸਾਡਾ, ਉੱਥੇ DSP ਦੀਨਾਨਗਰ DSP ਹੈੱਡਕੁਆਰਟਰ SHO ਅਤੇ ਸਾਰੀ ਫੋਰਸ ਨੂੰ ਲੇਕਰ ਅਸੀਂ SOG ਨੂੰ ਲੇਕਰ ਜਿਹੜਾ ਹੈ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਬੇਸਿਕ ਸਾਡਾ ਪਰਪਸ ਹੈਗਾ ਕਿ ਜਿਹੜੇ ਰੀਸੈਂਟ ਟੈਰਰਿਸਟ ਐਕਟੀਵਿਟੀਜ਼ ਹੋਈ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹਦੇ ਮੱਦੇਨਜ਼ਰ ਕੋਈ ਵੀ ਬੰਦਾ ਜੋ ਕਿ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਲੀਮੈਂਟ ਜੋ ਕਿੱਥੋਂ ਕੋਈ ਬਾਰਡਰ ਕ੍ਰੋਸ ਕਰਕੇ ਜਾਂ ਕੋਈ ਹੋਰ ਤਰੀਕੇ ਨਾਲ ਇਲੀਗਲ ਰਾਸਤੇ ਨਾਲ ਇੱਥੇ ਆ ਕੇ ਆਪਣਾ ਅਗਰ ਉਹਨੇ ਉਹ ਬਣਾਇਆ ਕੋਈ ਠਹਿਰ ਬਣਾਈ ਉਹਨੂੰ ਫਾਈਂਡ ਆਊਟ ਕਰਨਾ। ਇਹ ਜਨਰਲ ਕੋਆਰਡੀਨ ਸਰਚ ਆਪਰੇਸ਼ਨ ਹੀ ਹੈ ਕਿਉਂਕਿ ਚਾਰੋਂ ਪਾਸੇ ਜਿਹੜਾ ਹੈ ਅਲਰਟ ਚੱਲ ਰਿਹਾ, ਇਸ ਕਰਕੇ ਅਸੀਂ ਆਪਣੀ ਫੋਰਸ ਨੂੰ ਵੀ ਅਲਰਟ 'ਤੇ ਰੱਖਿਆ। ਜਿਹੜੇ ਵੀ ਬਾਹਰ ਦੇ ਬੰਦੇ ਕੋਈ ਇੱਥੇ ਆ ਕੇ ਰਹਿ ਰਹੇ ਹੈ ਜਾਂ ਕੋਈ ਆਊਟਸਾਈਡ ਸੈਟਲਮੈਂਟ ਬਣੀ ਹੋਈ ਹੈ ਉਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਕਿ ਇੱਥੇ ਕੋਈ ਇਲੀਗਲ ਵੈਪਨ ਜਾਂ ਇਲੀਗਲ ਜੋ ਡਰੱਗਸ ਵਗੈਰਾ ਨਾਰਕੋਟਿਕਸ ਮਿਲੂਗੀ ਤਾਂ ਉਹਦੀ ਐਜ਼ ਪਰ ਲੋਅ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ। ਇਲਾਕੇ ਦੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਕਿ ਉਹ ਇਸ ਚੀਜ਼ 'ਤੇ ਨਜ਼ਰ ਰੱਖੇ, ਉਹ ਵੀ ਅਲਰਟ ਰਹਿਣ ਅਤੇ ਪੁਲਿਸ ਦੇ ਨਾਲ ਜਾਣਕਾਰੀ ਸਾਂਝਾ ਕਰਨ। ਕਿੱਥੇ ਵੀ ਕੋਈ ਬਾਹਰ ਦਾ ਬੰਦਾ ਉਹਨਾਂ ਨੂੰ ਨਜ਼ਰ ਆਉਂਦਾ ਤਾਂ ਉਹ ਇਮੀਡੀਏਟਲੀ ਆਪਣੇ SHO DSP ਸਾਹਿਬ ਨੂੰ ਫੋਨ ਕਰਕੇ ਦੱਸਣ ਤਾਂ ਕਿ ਉਹਨਾਂ ਦੇ ਖਿਲਾਫ਼ ਜਿਹੜੀ ਕੋਈ ਜੋ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਮਿਲੂਗਾ ਤਾਂ ਐਜ਼ ਪਰ ਲੋਅ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਸਕੇ।